ਉਹ ਆਂਦੇ ਨੇ ਹੁਸੈਨ ਨਾ ਹੁੰਦਾ ਤੇ ਦੁਨੀਆ ਤੇ ਕੁਰਾਨ ਦਾ ਨਾਮ ਨਿਸ਼ਾਨ ਨਾ ਹੁੰਦਾ। ਹਰ ਮਸਜਿਦ ਵਿੱਚ ਹਰ ਮਿੰਬਰ ਤੇ ਕੁਰਾਨ ਬਿਆਨ ਨਾ ਹੁੰਦਾ ਤੇ ਪਾਕ ਬਤੂਲ ਦੇ ਬਾਬੇ ਦਾ ਸ਼ਾਇਆ ਫਰਮਾਨ ਨਾ ਹੁੰਦਾ। ਜੇ ਹੁਸੈਨ ਨਾ ਹੁੰਦਾ ਦੁਨੀਆ ਤੇ ਕੋਈ ਮੁਸਲਮਾਨ ਨਾ ਹੁੰਦਾ। ਹੁਣ ਜਨਾਬ ਦੇ ਸਾਹਮਣੇ ਜ਼ਾਕਰੇ ਅਲਬੈ ਜਨਾਬ ਸੈਯਦ ਇਮਰਾਨ ਹੈਦਰ ਕਾਜ਼ਮੀ ਆਪ ਬੁਰੇ ਵਾਲਾ ਜ਼ਿਕਰੇ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾ ਰਹੇ। ਬਿਸਮਿਲ੍ਲਾਹ ਜ਼ਹੂਰ ਹੁਜਰ ਤੇ ਉਹਦਾ ਬਿਸਮਿਲ੍ਲਾਹ ਰਹਿਮਾਨ ਰਹੀਮ ਅਲਹੁਮਾ ਕੁਲ ਵਲੀ ਕਲ ਹੁਜਰ ਇਬਨ ਅਲ ਹਸਨ ਸਲਵਾਤੁ ਕਾਲੇ ਵਾਲਾ ਬਾਈ ਫੀ ਹਰ ਇਸਬਾਤ ਵਫੀ ਕੁਲ ਇਸਬਾਤ ਇਨਸਾਰ ਲਿਲ ਨਹਾਰ ਵਲੀਨ ਵਹਾਫਿਜ਼ਨ ਵਕਾਇਦਨ ਵਨਾਸਿਰਨ ਵੰਦਲੀਲਨ ਵੈਨਾ ਅਤਾ ਤੁਸਕਿਨਹੁ ਵਰਕਾਤੁਮ ਵਲਮਤਮਤਿਯਹੁ ਫੀ ਹਾ ਤਵੀਲਾ ਯਾਰਬਾ ਮੁਹੰਮਦ ਵਾਲੇ ਮੁਹੰਮਦ ਸਲਿਆਲਾ ਮੁਹੰਮਦ ਵਾਲੇ ਮੁਹੰਮਦ ਵਾਜਿਲ ਫਰਜ ਯਾ ਕਾਇਮੇ ਆਲੇ ਮੁਹੰਮਦ ਲਹੁਮਾ ਦਰੂਦ ਸਾਰੇ ਬੜੋ ਬਾਦਸ਼ਾਹ ਹੁਸੈਨ ਦੀ ਜ਼ਾਤ ਤੇ ਦਰੂਦ ਪੜ੍ਹਨਾ ਵੀ ਇਬਾਦਤ ਹੈ। ਇਬਾਦਤ ਸਮਝ ਕੇ ਸਾਰੇ ਸਲਵਾਤ ਪੜ੍ਹੋ। ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਹੈਦਰੀ, ਹੈਦਰੀ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਆਲੇ ਮੁਹੰਮਦ ਦੁਸ਼ਮਣਾਂ ਤੇ ਲਾਨਤ। ਸਲਵਾਤ ਸਾਰੀ ਅਸੀਂ ਪੜ੍ਹੋ, ਜ਼ਿਕਰ ਜੰਨਤ ਬਣ ਜਾਵੇ। ਮਾਲਿਕ ਅੱਲਾ ਤੁਹਾਡੇ ਇਸ ਪਾਕ ਮੁਕੱਦਸ ਦਰਬਾਰ ਵਿੱਚ ਤੁਰਾਏ ਕਬੂਲ ਅਤੇ ਮਨਜ਼ੂਰ ਫਰਮਾਉਣ। ਹੈਦਰ ਅਲੀ ਨੂੰ ਮਾਲਿਕ ਸਿਹਤ ਤੋਂ ਤੰਦਰੁਸਤੀ ਅਤੇ ਫਰਮਾਵੇ। ਇਮਾਮ ਹੁਸੈਨ ਬਾਦਸ਼ਾਹ ਇਹਨਾਂ ਦੀ ਨਸਲ ਚੱਲਣਦਾਰੀ ਕਾਇਮ ਡਾਇਮ ਰੱਖੇ। ਜਿਤਨੇ ਕਦਮ ਤੁਰ ਕੇ ਆਏ ਹੋ ਮਾਲਿਕ ਤੁਹਾਡਾ ਕਦਮ ਕਦਮ ਤੁਰਿਆ ਕਬੂਲ ਫਰਮਾਵੇ। ਆਮੀਨ। ਸਾਰੇ ਅੱਖੇ ਸਾਹਿਬਜ਼ਾਦਾ ਸਾਹਿਬ ਦੇ ਮਾਲਿਕ ਦਰਜਾਤ ਬੁਲੰਦ। ਇਜਾਜ਼ਤ ਹੈ ਜੀ, ਮੈਂ ਡਿਊਟੀ ਹੁਕਮ ਢੇਰ ਸਾਰੇ ਆਖਰੀ ਦਿਨ ਨੇ ਫਜ਼ੈਲ ਦੇ ਹਵਾਲੇ ਨਾਲ, ਉਹ ਵੀ ਮੇਰਾ ਦਿਲ ਨਾਲ ਹੀ ਉਹਨਾਂ ਮਜਬੂਰ ਕੀਤਾ। ਔਰ ਕਿਉਂਕਿ ਕਰਮ ਅਬਾਸ, ਨਦੀਮ ਅਬਾਸ ਮੇਰੇ ਵੀਰ ਅਤੇ ਉਹਨਾਂ ਦੀ ਵਾਲਦਾ ਦਾ ਹੁਕਮ, ਉਹ ਫਿਰ ਮੇਰੀ ਵੀ ਮਾਂ ਲੱਗੀ ਕਿ ਜੋ ਵਿਰਾਜ ਹੋਏ ਜ਼ਮਾਨਾ ਜੈਕੋ ਹੁਸੈਨ ਆਦੇ ਨਬੀ ਦੇ ਵਾਂਗੂ ਅਮੀਨ ਹੁਸੀ ਹਰ ਬੇ ਸਹਾਰੇ ਦਾ ਇਹ ਸਹਾਰਾ ਤੁਹਾਕੋ ਹੀ ਯਕੀਨ ਹੁਸੀ ਅਲੀ ਦਾ ਬੱਚੜਾ ਇਹ ਕਿਹੜਾ ਸੋਹਣਾ ਏ ਗੱਲ ਕਿਵੇਂ ਡਸਾਵੇ ਮਰਾ ਹੈ ਜਾਂਦਾ ਅਕਬਰ ਰਸੂਲ ਜੈਸਾ ਉਹ ਆਪ ਕਿਤਨਾ ਹਸੀਨ ਹੁਸੀ ਜਾਂਦਾ ਅਕਬਰ ਰਸੂਲ ਜੈਸਾ ਉਹ ਆਪ ਕਿਤਨਾ ਬੋਲੇ ਬਈ ਉਹ ਆਪ ਕਿਤਨਾ। ਪਿਛਲੇ ਸਾਲ ਮੈਂ ਇੱਕ ਕਸੀਦਾ ਪੜ੍ਹਿਆ ਸਰਕਾਰੀ ਅਲੀ ਅਕਬਰ ਦਾ, ਵਕਤ ਨਹੀਂ ਵਰਨਾ ਮੈਂ ਤੁਹਾਨੂੰ ਸਰਕਾਰੀ ਅਲੀ ਅਕਬਰ ਦੀ ਵਾਲਦਾ ਦੀ ਅਜ਼ਮਤ ਸੁਣਾਵਾਂ, ਫਿਰ ਕਦੇ ਹਾਜ਼ਰ ਹੋਇਆ ਮੈਨੂੰ ਯਾਦ ਕਰਾਵੇ ਮੈਂ ਸਰਕਾਰੀ ਅਲੀ ਅਕਬਰ ਦੀ ਵਾਲਦਾ ਦੀ ਅਜ਼ਮਤ। ਉਹਨਾਂ ਦਾ ਹੁਕਮ ਹੈ ਵੀ ਉਹ ਕਸੀਦਾ, ਉਸ ਕਸੀਦੇ ਵਾਸਤੇ ਮੈਂ ਇੱਕ ਗੱਲ ਕੀਤੀ। ਲਫ਼ ਸੁਣੇ ਜ਼ੁਲਫ਼ਾਂ ਅਕਬਰ ਦੀਆਂ, ਜ਼ੁਲਫ਼ਾਂ ਅਕਬਰ ਨੇ, ਜ਼ੁਲਫ਼ਾਂ ਅਕਬਰ ਦੀਆਂ ਇਹਨਾਂ ਜ਼ੁਲਫ਼ਾਂ ਦੀ ਸੋਹਣੀ ਸ਼ਾਨ ਆਸ਼ਿਕ ਦਿਸਦਾ ਪੈ ਇਹਨਾਂ ਜ਼ੁਲਫ਼ਾਂ ਦਾ ਰੱਬ ਰਹਿਮਾਨ ਅਕਬਰ ਦੀਆਂ ਇਹਨਾਂ ਦੀ ਸੋਹਣੀ ਸ਼ਾਨ ਆਸ਼ਿਕ ਦਿਸਦਾ ਪੈ ਇਹਨਾਂ ਜ਼ੁਲਫ਼ਾਂ ਦਾ ਰੱਬ ਰਹਿਮਾਨ ਜ਼ੁਲਫ਼ਾਂ ਅਕਬਰ ਦੀਆਂ ਜ਼ੁਲਫ਼ਾਂ ਦੀ ਸੋਹਣੀ ਸ਼ਾਨ ਆਸ਼ਿਕ ਦਿਸਦਾ ਪੈ ਇਹਨਾਂ ਜ਼ੁਲਫ਼ਾਂ ਦਾ ਰੱਬ ਰਹਿਮਾਨ ਜ਼ੁਲਫ਼ਾਂ ਅਕਬਰ ਦੀਆਂ ਇਹਨਾਂ ਜ਼ੁਲਫ਼ਾਂ ਦੀ ਸੋਹਣੀ ਸ਼ਾਨ ਆਸ਼ਿਕ
ਆਦਰਿਤ ਨਾ ਸੋਹਣਾ ਹਰੀ ਅਕਬਰ ਜਿਸ ਗਲੀ ਚੋਂ ਗੁਜ਼ਰ ਹੋਇਆ ਪੂਰੇ 48 ਘੰਟੇ ਅਕਬਰ ਦੀਵਾਨਾਂ ਦੀ ਖੁਸ਼ਬੂ ਆਈ ਸੋਹਣੀ ਸ਼ਾਨ ਆਸ਼ਿਕ ਦਿਸਦਾ ਪੈ ਨਾ ਜ਼ੁਲਫਾਂ ਦਾ ਰੱਬ ਰਹਿਮਾਨ ਜ਼ੁਲਫਾਂ ਅਕਬਰ ਦੀਆਂ ਜ਼ੁਲਫਾਂ ਦੀ ਵੱਖਰੀ ਸ਼ਾਨ ਹੈ ਜ਼ੁਲਫਾਂ ਦੀ ਵੱਖਰੀ ਸ਼ਾਨ ਹੈ ਜ਼ੁਲਫਾਂ ਦੀ ਵੱਖਰੀ ਸ਼ਾਨ ਹੈ ਇਹਨਾਂ ਜ਼ੁਲਫਾਂ ਵਿੱਚ ਕੁਰਾਨ ਹੈ ਜ਼ੁਲਫਾਂ ਸਲਾਮਤ ਰਹੋ ਜੀ ਜਿਵੇਂ ਅੱਲਾਹ ਤੁਹਾਡੀ ਜ਼ਿੰਦਗੀ ਦੇ ਰਾਜ ਫਰਮਾਵੇ ਜਿਹੜਾ ਹੁਸੈਨ ਦੇ ਪੁੱਤਰ ਦਾ ਮਾਤਮੀ ਹੋ ਕੇ ਨਾ ਬੋਲਿਆ ਹਸਨ ਭਾਈ ਅਰਮਾਨ ਲਕਸੀ ਲਫ਼ ਸੁਣਿਆ ਜੀ ਅੱਛਾ ਜੱਡਾ ਅਕਬਰ ਜ਼ੁਲਫ ਹਿਲਾਵੇ ਜੱਡਾ ਅਕਬਰ ਜ਼ੁਲਫ ਫਿਰ ਕਿਆ ਰੱਖੋ ਲੱਖ ਯੂਸਫ ਸਦ ਕੇ ਜਾਵੇ ਜ਼ੁਲਫਾਂ ਸਰ ਚਲੇ ਸਰ ਚਲੇ ਆਸ਼ਿਕ ਦਿਸਦਾ ਪੈ ਅਕਬਰ ਦੀਆਂ ਜਾ ਗਿਆ ਬਈ ਹਰ ਬੰਦੇ ਵਾਸਤੇ ਗੱਲ ਨਹੀਂ ਮਾਸਟਰ ਜੀ ਅਕਬਰ ਦੀਆਂ ਬਾਈ ਬਸ ਦੂਰ ਨਜ਼ਦੀਕ ਤੋਂ ਉਦਾਰ ਪੁੱਛਿਓ ਅਜ਼ਮਤ ਸੁਣਿਆ ਸਰਕਾਰੀ ਅਕਬਰ ਦੀਆਂ ਜ਼ੁਲਫਾਂ ਦੀ ਅਕਬਰ ਦੀਆਂ ਇਹਨਾਂ ਜ਼ੁਲਫਾਂ ਦੀ ਸੋਹਣੀ ਸ਼ਾਨ ਆਸ਼ਿਕ ਦਿਸਦਾ ਪੈ ਇਹਨਾਂ ਜ਼ੁਲਫਾਂ ਦਾ ਰੱਬ ਰਹਿਮਾਨ ਜ਼ੁਲਫਾਂ ਅਕਬਰ ਦੀਆਂ ਇਹਨਾਂ ਜ਼ੁਲਫਾਂ ਵਿੱਚ ਦਾਰੇ ਨੇ ਇਹਨਾਂ ਜ਼ੁਲਫਾਂ ਵਿੱਚ ਦਾਰੇ ਨੇ ਕਿਉਂ ਇਹਨਾਂ ਜ਼ੁਲਫਾਂ ਦਾਵਾ ਦਲੀਲ ਦੇਵਾਂ ਰੱਖੋ ਇਹਨਾਂ ਜ਼ੁਲਫਾਂ ਵਿੱਚ ਦਾਰੇ ਨੇ ਖੜੇ ਚੁੰਮ ਦਿਨ ਹਸਨ ਹੁਸੈਨ ਜ਼ੁਲਫਾਂ ਅੱਲਾ ਜ਼ਿੰਦਗੀ ਦੇ ਰਾਜ ਫਰਮਾਵੇ ਜੀ ਕਰਾਂ ਅੱਲਾ ਨਾ ਕਰੇ ਕਿਸੇ ਭੈਣ ਦਾ ਫਿਰਾ ਕਤਲ ਹੋਵੇ ਪੜ੍ਹਨਾ ਕੁਝ ਹੋ ਰਿਹਾ ਉਸ ਪਾਸੇ ਮੈਂ ਬਾਅਦ ਚ ਇੱਕ ਹੁਕਮ ਹੈ ਮੈਂ ਟਾਲ ਨਹੀਂ ਸਕਿਆ ਅੱਲਾ ਨਾ ਕਰੇ ਕਿਸੇ ਭੈਣ ਦਾ ਫਿਰਾ ਕਤਲ ਹੋ ਜਾਵੇ ਖਾਣੇ ਚੰਗੇ ਨਹੀਂ ਲੱਗਦੇ ਬਲਕਿ ਜਿਹਨੂੰ ਸਮਝ ਆਵੇ ਭੈਣ ਨੂੰ ਸਾਹ ਲੈਣਾ ਚੰਗਾ ਨਹੀਂ ਲੱਗਦਾ ਹਰ ਵੇਲੇ ਆਦੀ ਰਹਿੰਦੀ ਹੈ ਤੇਰੀ ਆਈ ਮੈਂ ਮਰ ਗਈ ਹਾਂ ਮਾਂ ਮੈਨੂੰ ਕੱਲਾ ਛੋੜ ਗਏ ਜੀ ਬਾਬਾ ਨਾ ਕਰ ਗੱਲ ਮੁੱਕਣੀ ਹੈ ਜ਼ੁਲਫਾਂ ਤੇ ਸੋਹਣ ਲਕਸ਼ੀ ਮਾਤਮ ਅਦਾਰਾ ਨੂੰ ਬਹਿਣਾ ਦੀ ਤੇਰੀ ਆਈ ਮਰ ਗਈ ਸ਼ਾਲਾ ਤੇਰਾ ਵਾਲ ਨਾ ਤਰੁੱਟਿਆ ਅੱਲਾ ਰਿਸ਼ਤਾ ਸਮਣਿਆ ਮਸਤ ਜੀ ਭੈਣ ਤੇ ਫਿਰਾ ਦਾ ਬਾਬਾ ਜੀ ਐਸਾ ਰਿਸ਼ਤਾ ਅੱਲਾ ਬਣਿਆ ਭੈਣ ਤੇ ਫਿਰਾ ਦਾ ਅੱਲਾ ਨਾ ਕਰੇ ਕਿਸੇ ਭੈਣ ਦਾ ਫਿਰਾ ਕਤਲ ਹੋ ਜਾਵੇ ਪਹਿਲੀ ਬਾਤ ਤੇ ਉਸ ਭੈਣ ਦੇ ਜਿਤਨੀ ਦੇਰ ਜ਼ਿੰਦਾ ਰਹਿੰਦੀ ਹੈ ਸਾਹ ਔਖੇ ਹੁੰਦੇ ਜਿਹਨਾਂ ਕਤਲ ਕੀਤਾ ਹੋਵੇ ਅਗਰ ਉਹ ਸਿੱਧਾਂ ਦੇ ਬੂਹੇ ਤੇ ਆ ਜਾਣ ਸਾਡੇ ਨਾਲ ਤੁਰੋ ਸਾਨੂੰ ਮਾਫ਼ੀ ਲੈ ਦਿਓ ਸੈਯਦ ਅਗਰ ਬੂਹੇ ਤੇ ਆ ਕੇ ਆਖੇ ਅਸੀਂ ਸੈਯਦਾਂ ਮਾਫ਼ੀ ਮੰਗਣ ਆਇਆ ਕਿਸੇ ਦੀ ਗੱਲ ਨਹੀਂ ਕਰਦਾ ਖਸੂਸਨ ਉਹ ਭੈਣ ਜਿਹਨੇ ਹਿੱਸੇ ਦਾ ਫਿਰਾਉ ਸੀ ਉਹ ਆਖੀ ਮੈਂ ਤੁਹਾਨੂੰ ਖਾਲੀ ਨਹੀਂ ਵਲੈਂਦੀ ਤੁਸੀਂ ਖਾਲੀ ਵਲੀ ਮਾਂ ਦੇ ਪੁੱਤਰ ਹੋ ਸਦਕੇ 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 ਸਦਕੇ
ਮਾਫੀ ਦੇਣੀ ਆ ਲੇਕਿਨ ਇੱਕ ਮਿੰਨਤ ਕਰੇਨੀ ਆ ਮੇਰੀ ਇੱਕ ਸ਼ਰਤ ਹੈ ਇਹਨਾਂ ਜ਼ੁਲਫਾਂ ਦਾ ਰੱਬ ਰਹਿਮਾਨ ਜਿਹੜੇ ਸਿਆਣੇ ਉਸ ਨੂੰ ਫੌਰਨ ਆਖਣ ਦਾ ਸ਼ਰਤ ਕਿਹੜੀ ਹਰ ਸ਼ਰਤ ਮੰਨਣ ਵਾਸਤੇ ਤਿਆਰ ਹੋਵੇ ਸ਼ੀਆ ਤੇ ਹਾਏ ਨਾ ਕਰੇ ਭੈਣ ਆਖੀ ਸ਼ਰਤੀ ਹੋਏ ਮੈਂ ਮਿੰਨਤ ਕਰੇਨੀ ਆ ਜਿਤਨੀ ਦੇਰ ਮੈਂ ਜ਼ਿੰਦਾ ਮੇਰੇ ਵੀਰ ਦੇ ਕਾਤਲ ਨੂੰ ਆਖੋ ਸਾਡੀ ਗੱਲੀ ਚ ਨਾ ਆਵੇ ਸਦਕੇ 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 ਅਦਾਰਾਂ ਨੂੰ ਮੈਨ ਸੋਹਣੇ ਲੱਗਦੇ ਜੀ ਮੇਰੇ ਵੀਰ ਦੇ ਕਾਤਲ ਰੱਖੋ ਸਾਡੀ ਗੱਲੀ ਚ ਨਾ ਆਵੇ ਮੈਂ ਬਰਦਾਸ਼ਤ ਨਹੀਂ ਕਰਦੀ ਮੈਂ ਜੀਂਦੀ ਹਾਂ ਇਹ ਲੱਗਦਾ ਹੋਵੇ ਇਹ ਦੁਨੀਆਦਾਰੀ ਦੀ ਬਾਤ ਦੁਨੀਆਦਾਰੀ ਦੀ ਸਮਝਾਈ ਹੈ ਆਓ ਤੇ ਸ਼ੰਕਰ ਬਲਾਓ ਤੇ ਮੈਦਾਨ ਵਿੱਚ ਬਹਿਣ ਮੰਦਰ ਕਿਹੜਾ ਬਿਠਾ ਸਰ ਚੋ ਜਿਹਨਾਂ ਮਾਥਮ ਕਰਨਾ ਹੈ ਸਰ ਚ ਵੇਖ ਮੇਰੇ ਪਾਸੇ ਬਹੁ ਰੁਨੀ ਏ ਸੈਣ ਸਕੀਨਾ ਬਹੁ ਰੁਨੀ ਏ ਸੈਣ ਸਕੀਨ ਹਾਏ ਬਹੁ ਰੁਨੀ ਏ ਸੈਣ ਸਕੀਨਾ ਜਦੋਂ ਨੱਪਦਾ ਸ਼ਿਮਰ ਖਮੀਨਾ ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਨਾ ਕਰਾਂ ਬਹੁ ਰੁਨੀ ਏ ਸੈਣ ਸਕੀ ਹਾਏ ਬਹੁ ਰੁਨੀ ਏ ਸੈਣ ਸਕੀ ਹਾਏ ਜਦੋਂ ਨੱਪਦਾ ਸ਼ਿਮਰ ਕਮੀਨਾ ਜ਼ੁਲਫਾਂ ਸੋਹਣਾ ਮਤ ਹੁੰਦੀ ਮੇਰੇ ਭਾਈਆਂ ਜਿਹੜਾ ਅੱਜ ਮੇਰੇ ਤੇ ਹੁਕਮ ਲਾਏ ਔਖ ਉਹਨਾਂ ਕਿ ਅਲੀ ਦੀ ਧੀ ਦੇ ਪਰਦੇ ਦੀ ਸ਼ਹਾਦਤ ਤੈਨੂੰ ਸਮਝ ਆਈ ਉਸ ਬੰਦੇ ਹਾਏ ਕਰ ਲਈ ਸ਼ਹਾਦਤ ਪੜਾ ਕਮ ਅਜ਼ ਕਮ 2 ਘੰਟੇ ਮੈਨੂੰ ਚਾਹੀਦੇ ਸਰਕਾਰੀ ਅੱਬਾਸ ਦੇ ਦੁੱਖ ਪੜਨ ਵਾਸਤੇ ਜੇ ਮੈਂ ਸਮਝਾ ਲਿਆ ਚਾਰ ਸ਼ਬਾਨ ਅਲੀ ਦਾ ਅਲੀ ਪੁੱਤਰ ਦੁਨੀਆਂ ਤੇ ਆਇਆ ਮੈਂ ਇੱਕ ਵੈਣ ਪੜਦਾ ਹੁੰਦਾ ਜੀ ਔਰ ਅਕਸਰ ਮਕਾਮ ਮਾਤ ਤੇ ਇਸ ਵੈਣ ਤੇ ਮੰਜ਼ਿਲ ਸਮੁਖੀ ਹੈ ਸਰ ਚੋ ਜਿਹੜੇ ਗਾਜ਼ੀ ਦੇ ਨੌਕਰ ਚਾਰ ਸ਼ਬਾਨ ਅਲ ਮੌਜ਼ਮ ਅੱਬਾਸ ਦੀ ਆਮਦ ਉਹਨੂੰ ਪਤਾ ਲੱਗਾ ਹੈ ਜਿਹਦੇ ਘੱਟ ਦਾ ਫਿਰਾਵਾਂ ਨੂੰ ਨਹੀਂ ਪਤਾ ਮੈਂ ਕਦਰਦਾਨਾ ਚ ਪੜਦਾ ਉਹਨੂੰ ਪਤਾ ਲੱਗਾ ਹੈ ਜਿਹਦੇ ਘੱਟ ਦਾ ਸੱਕੇ ਫਿਰਾਵਾਂ ਨੂੰ ਨਹੀਂ ਪਤਾ ਬੀਬੀ ਅਦੀ ਕਲਸੂਮ ਆਪਣਾ ਬੁਰਕਾ ਪਾ ਮੇਰਾ ਚਾਹੀਆ ਮੇਰਾ ਮਾਣ ਆ ਗਈ ਹੈ ਆਪਣੀ ਹਵੇਲੀ ਚ ਤੁਰ ਪਈ ਜਿਹਨਾਂ ਮਾਤਮ ਕਰਨੇ ਆਪਣੀ ਹਵੇਲੀ ਚ ਤੁਰੀ ਸੈਣ ਉਮਲ ਬਣੀ ਦੀ ਹਵੇਲੀ ਚ ਆ ਕਦੀ ਅੰਮਾ ਕਿੱਥੇ ਮੇਰਾ ਜ਼ਾਮਿਨ ਬੀਬੀ ਅਦੀ ਉਹ ਸਾਹਮਣੇ ਪਿੰਗੇ ਚ ਇੰਜ ਕਰਕੇ ਨਾ ਪਿੰਗੇ ਦੇ ਕੋਲ ਆ ਕੇ ਅਲੀ ਦੀ ਧੀ ਇੰਜ ਬਹਿ ਗਈ ਜਿਵੇਂ ਨਿਮਾਜ਼ੀ ਤਸ਼ਦ ਚ ਬੰਦ ਹੈ ਗਾਜ਼ੀ ਦੇ ਪਾਸੇ ਹੱਥ ਵਧਾਏ ਰੋ ਰੋ ਕੇ ਪਈ ਅਦੀ ਆਤੇ ਕੁਚਾਵਾ ਚੁੰਮ ਸੀਨੇ ਲਾਵਾਂ ਤੂੰ ਏ ਆਸ ਮੇਰੀ ਜੱਗ ਤੋਂ ਵੱਖਰੀ ਹੋ ਸੀ ਜਵਾਨੀ ਅੱਬਾਸ ਤੇ ਨੌਕਰਾ 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 ਵੈਂਸ ਕਰਕੇ ਰੋ ਅਦੀ ਨਹੀਂ ਮਦਦ ਜ਼ਿੰਦਗੀ ਦਾ ਕੋਈ ਪਤਾ ਨਹੀਂ ਮੁਕਤ ਲੈ ਮੁਹਰਮ ਅਗਲੇ ਸਾਲ ਜਿਸ ਹੋਣੇ ਉਸ ਰੋਣੇ ਜੀ ਕਰਾਂ ਬਾਬਾ ਜੀ ਕਰਾਂ ਜੱਗ ਤੋਂ ਵੱਖਰੇ ਮਿੰਬਰ ਦੀ ਅਜ਼ਮਤ ਦੀ ਕਸਮੇ ਅਲੀ ਦੀ ਅਧੀ ਧੀ ਦੀ ਅੱਖਾਂ ਇੰਜ ਵਸੀਆਂ ਜਿਵੇਂ ਸਾਵਣ ਦੇ ਬੱਦਲ ਹੋਵੇਣ ਗਾਜ਼ੀ ਦੇ ਪਾਸੇ ਵੇਖ ਕੇ ਦੀ ਤੂੰ ਹੋਸੇ ਜੱਡਣ ਜਵਾਨੇ ਅਰਮਾਨ ਹੁੰਦਾ ਨਾ ਭੈਣਾਂ ਦੀ ਹਸਰਤਾਂ ਆਉਂਦੀਆਂ ਅੱਲਾ ਮਾਤਮ ਕਬੂਲ ਕਰੇ ਤੂੰ ਹੋਸੇ ਜੱਡਣ ਜਵਾਨੇ ਉਹ ਵੱਧ ਵੈਸਣ ਮੈਂ ਦੇ ਮਾਂ ਅੱਛਾ ਮਾਣੇ ਉਹ ਭੈਣੀ ਦੇ ਪਰਦਿਆਂ ਦਾ ਤੋਂ ਖੁਦ ਆਪ ਹੁਸੇ ਨਿਗਰ ਨਹੀਂ ਨਹੀਂ ਕੁਝ ਬੰਦੇ ਨਹੀਂ ਸਮਝ ਸਕੇ ਝੂਠ ਬੋਲਾਂ ਮੈਂ ਸਾਈਆਂ ਦਾ ਮੁਜਰਿਮ ਆ ਇਹੋ ਜਿਹਾ ਵਹਿਣ ਕੀਤੇ ਮਦੀਨੇ ਦੀ ਨਗਰੀ ਹਲ ਗਈ ਆ ਗਾਜ਼ੀ ਦੇ ਪਾਸੇ ਵੇ ਕਦੀ ਤੇਰੀ ਆਸ ਤੇ ਵਤਨ ਛੁੜੇ ਸਾ ਵਾਲ ਖੁੱਲੇ ਸਾ ਉਹ ਮੈਂ ਹੱਥਾਂ ਵਿੱਚ ਪਾ ਕੇ ਰਸੀਆਂ ਉਹ ਤੇਰੇ ਕਾਤਲ ਨਾਲ ਬੁਲੇ ਜੀ 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 ਨੌਕਰ ਵੈਣ ਕਰਕੇ ਰੋਣਾ ਯਾਰ ਜ਼ਿੰਦਗੀ ਦਾ ਕੋਈ ਪਤਾ ਹੈ ਰੋ ਰੋ ਕੇ ਪਈ ਆਦੀ ਤੇਰੀ ਆਸ ਤੇ ਵਤਨ ਛੁੜੇ ਤੇਰੀ ਆਸ ਤੇ ਵਤਨ ਛੁੜੇ ਸਾ ਉਹ ਵਿੱਚ ਬਨ ਦੇਵਾ
ਵਿੱਚ ਬੰਨਦੇ ਵਾਲ ਖੁੱਲੇ ਸਾ ਉਹ ਮੈਂ ਹੱਥਾਂ ਵਿੱਚ ਪਾ ਕੇ ਕੜੀਆਂ ਉਹ ਤੇਰੇ ਕਾਤਲਨਾ ਜਿਹੜਾ ਬੰਦਾ ਜਣ ਤਾਈ ਨਹੀਂ ਰੁੱਸ ਗਿਆ ਵੇਣੋ ਪੇਪੜ ਦੇ ਦਿੱਤੇ ਸੈਣ ਦੀ ਮੋਹਰੇ ਆ ਜਿਹੜਾ ਗਾਜ਼ੀ ਦਾ ਨੌਕਰ ਸਰ ਜਾਵੇ ਆ ਮਿੰਬਰ ਦੀ ਕਸਮੇ ਮੇਰੀ ਸੈਣ ਦੀਆਂ ਅੱਖਾਂ ਵਸੀਆਂ ਨਾ ਮੇਰੀ ਸੈਣ ਰੁਣੀ ਆ ਗਾਜ਼ੀ ਦੇ ਪਾਸ ਵੇ ਕਦੀ ਮੇਰੇ ਖੈਮੇ ਅੱਖੋਂ ਪਾ ਲੱਗ ਸੀ ਜੀ ਜੀ ਨੌਕਰ ਆ ਜੀ 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 ਨੌਕਰ ਜੁਮਲਾ ਸੁਣ ਸੋ ਜੁਮਲਾ ਸੁਣ ਸੋ ਲੱਗ ਸੀ ਉਹਨੂੰ ਤਾਂ ਬਾਲ ਖੁਸ਼ੀ ਦਾ ਵਜ ਸੀ ਉਹ 9 ਲੱਖ ਦੀ ਭੀੜ ਚਗਾਲੀ ਉਹ ਮੈਨੂੰ ਤੁਰਨ ਦਾ ਰਾਹ ਨਾ ਜੀ ਕਰ ਮੇਰੇ ਖੈਮੇ ਅੱਖੋਂ ਬਾਲਗ ਸੁਭਾਨ ਅੱਲਾ ਸੁਭਾਨ ਅੱਲਾ ਤੁਹਾਡੇ ਵੈਣ ਕਬੂਲ ਕਰੇ ਅੱਲਾ ਤੁਹਾਡੇ ਵੈਣ ਕਬੂਲ ਕਰੇ ਬਾਲ ਖੁਸ਼ੀ ਉਹ 9 ਲੱਖ ਦੀ ਭੀੜ ਚਗਾਲੀ ਉਹ ਮੈਨੂੰ ਤੁਰਨ ਦਾਰਾ ਆਦਾ ਪਿਆ ਹੱਥ ਕਲਮ ਥੀ ਗਏ ਜਦਾ ਗਾਜ਼ੀ ਦੇ ਤਰੁੱਟ ਮਾਨ ਗਿਆ ਸ਼ੁਰਫਾਦਾ ਸਰ ਰੱਖਦਾ ਵਾਰ ਦੀ ਗਰਦਨ ਤੇਰਿਆ ਗਾਜ਼ੀ ਵੱਲ ਵੱਲ ਸੈਦਾ ਦੇ ਪਾਸੇ ਖੇਲ ਵਾਲਿਆ ਆਏ ਵੋ ਛੇ ਪਾਸੇ ਹੋਵੇ ਢੇਰ ਹਜੂਮ ਸਿਫਾਦਾ ਗਾਜ਼ੀਆ ਦੇ ਮੈਨੂੰ ਜ਼ੀਨ ਤੋਂ ਲਾਂਦਾ ਬਿਨ ਬਾਜ਼ੂਆਂ ਦੇ ਨਾ ਵੇਖੇ ਜਾਣਾ ਓ ਕਰਾ ਜੀ ਜੀ ਗਾਲੀਆਂ ਦੇ ਮੈਨੂੰ ਲੀਨ ਤੁਲਾਂਦਾ ਬਿਨ ਬਾਜ਼ੂਆਂ ਦੇ ਨਾ ਵੇਖੇ ਚਾਨਾ ਇਹ ਗੱਲ ਤੇ ਗਾਜ਼ੀ ਕੀਤੀ ਸ਼ਬੀਰ ਚਿੱਬੇ ਤੇ ਸੁਣੀ ਜਿਹੜੇ ਬੈਣੀ ਦੇ ਫਿਰਾਓ ਸ਼ਬੀਰ ਸੁਣੀ ਜਵਾਬ ਸੈਯਦਾ ਦੇ ਮੈਥੋਂ ਦੂਰ ਨਾ ਵੰਜ ਨੀ ਮੁਟੁਰ ਸਕਦਾ ਵੋ ਤਰਟਿਆ ਕਮਾਰ ਸ਼ਬੀਰ ਦੀ ਗਈ ਹੈ ਸੈਯਦਾ ਦੇ ਮੈਂ ਜੀਂਦਾ ਨਹੀਂ ਓ ਮੇਰਾ ਚੰਨ ਗਾਲੀ ਮੇਰੀ ਲਾਸ਼ ਸਜੇਂਦੀ ਅੱਲਾਹੁ ਅਕਬਰ ਅੱਲਾਹੁ ਅਕਬਰ ਕੀ ਕਰਾਂ ਨਹੀਂ 9 ਲੱਖ ਫੌਜ ਤੂੰ ਲਾਂਦਾ ਗਾਜ਼ੀ ਤੇ ਉਹ ਕੋ ਚੁੱਪ ਸ਼ਬੀਰ ਖਾ ਗਈ ਉਹਦੀ ਮੌਤ ਅਲੀ ਦੀਆਂ ਧੀਆਂ ਦੇ ਇੱਕ ਪਲ ਵਿੱਚ ਮਾਣ ਆਦਾ ਪੀਆ ਉਹਦੀ ਪਤਰੀ ਸਾਲ ਦੀ ਕੁੱਲ ਮਿਹਨਤ ਵੋ ਬਸ ਉਹ ਵੇਲੇ ਮੁੱਲ ਪਾ ਗਈ ਜਦੋਂ ਸੈ ਰੁਕਈਆ ਤੋਂ ਪਹਿਲੇ ਉਹਦੀ ਲਾਸ਼ ਤੇ ਜ਼ੈਨਬ ਅੱਲਾ ਕਰੇ ਕਿਤਨੇ ਅਮੀਰ ਬੰਦੇ ਮਾਤਮ ਜੀ ਕਰਾ ਉਹਦੀ ਬਤਰੀ ਸਾਲ ਦੀ ਕੁੱਲ ਮਿਹਨਤ ਵੋ ਬਸ ਉਹ ਵੇਲੇ ਮੁੱਲ ਪਾ ਗਈ ਜਦੋਂ ਸੈਣ ਰੁਕਈਆ ਤੋਂ ਪਹਿਲੇ ਉਹਦੀ ਲਾਸ਼ ਤੇ ਜ਼ੈਨਬ ਅੱਛਾ ਜੀ ਮੈਨੂੰ ਇੱਕ ਵੈਣ ਯਾਦ ਹੈ ਪੁਰਾਣੇ ਬਜ਼ੁਰਗਾਂ ਦਾ ਜਿਹੜੇ ਕਬਰਾਂ 'ਚ ਵੱਲ ਸਿੱਖੇ ਅੱਖ ਕਪੜਾਂ ਦੀ ਚੁੱਪ ਉਮਲ ਬਨੀਨ ਦੇ ਬਛੜੇ ਦੀ ਤੇ ਸਾਦਾਤ ਦੇ ਮਾਣ ਮੁਕਾ ਗਈ ਡਿਠਾ ਚੁੱਪ ਅੱਬਾਸ ਨੂੰ ਸ਼ਾਮੀਆਂ ਦੀ ਚੁਣ ਲੁੱਟਣ ਖਿਆਮ ਛਾ ਸਰ ਚਵੇ ਬਈ ਸਰ ਚਵੇ ਸਰ ਚਵੇ ਸਰ ਚਵੇ ਉਹ ਬੇ ਨਹੀਂ ਦਿਨ ਖਿਆ ਮਿਚ ਆ ਮੰਗਣਾ ਕਿਥੋਂ ਤਾਕਤ ਸ਼ਿਮਰ ਚ ਆ ਗਈ ਇਸ ਲਾਗਿਆ ਲੋਈ ਉਹ ਗੱਲ ਮਜ਼ਲੂਮ ਦੇ ਬਛੜੇ ਨੂੰ ਰੱਥ 40 ਸਾਲ ਅੱਲਾਹੁ ਅਕਬਰ
ਕੇ ਅਕਬਰ ਦੀ ਲਾਸ਼ ਤੇ ਸਬਰ ਦਾ ਆਦਮ ਚੋਂ ਬੈਠੇ ਅਕਬਰ ਦੀ ਲਾਸ਼ ਸਬਰ ਦਾ ਆਦਮ ਚੁੱਪੇ ਸ਼ਬੀਰ ਦੀ ਰੀਤ ਪਈ ਡਿੱਠਾ ਜੋ ਗਾਜ਼ੀ ਰੋਂਦਾ ਬੈਠੇ ਨਹੀਂ ਸਮਝ ਆਈ ਮੈਂ ਇੰਜ ਆਖਾਂ ਪੁੱਤਰ ਦੀ ਲਾਸ਼ ਹੈ ਤੇ ਪਿਓ ਚੁੱਪੇ ਜਿਹਨੂੰ ਅਜੇ ਵੀ ਸਮਝ ਨਹੀਂ ਆਈ ਇੰਜ ਆਖਾਂ ਜਵਾਨ ਪੁੱਤਰ ਦੀ ਲਾਸ਼ ਹੈ ਬੁੱਢੜਾ ਪਿਓ ਚੁੱਪੇ ਸ਼ਬੀਰ ਦੀ ਰੀਤ ਪਈ ਡਿੱਠਾ ਜੋ ਗਾਜ਼ੀ ਰੋਂਦਾ ਬੈਠਾ ਸਈਦਾ ਦੇ ਅੱਬਾਸ ਰੋਂਦਾ ਕਿਉਂ ਹੈ ਤੂੰ ਮੇਰੀ ਫੌਜ ਦਾ ਜਰਨੈਲ ਹੈ ਜਰਨੈਲ ਦਾ ਨਾਮ ਹੈ ਠੱਡਾ ਸਾਹਿਬ ਪਰ ਕਹਿੰਦੇ ਇੱਕ ਗੱਲ ਤੇ ਦੱਸ ਜਿਸ ਫੌਜ ਦਾ ਮੈਂ ਜਰਨੈਲ ਹਾਂ ਫੌਜ ਕਿਨ ਗਈ ਹੈ ਸਦਕੇ 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 ਜੀ ਮੈਂ ਨੌਕਰਾਂ ਜੀ ਮੈਂ ਨੌਕਰਾਂ ਜਿਸ ਫੌਜ ਦਾ ਮੈਂ ਜਰਨੈਲ ਹਾਂ ਉਹ ਫੌਜ ਕਿਨ ਗਈ ਹੈ ਸਈਦਾ ਦੇ ਗਾਜ਼ੀ ਨਾ ਆਪ ਰੋਣ ਮੈਨ ਰੋਆ ਮੇਰੇ ਸਾਰੇ ਮਾਰੇ ਗਏ ਗਾਜ਼ੀ ਰੋਂਦਾ ਕਿਉਂ ਹੈ ਗਾਜ਼ੀ ਕਹਿੰਦੇ ਜਦੋਂ ਤੇਰੀ ਮਾਂ ਤੁਰੀ ਹੈ ਨਾ ਦੁਨੀਆ ਤੋਂ ਤੇਰੀ ਮਾਂ ਦੁਆ ਮੰਗੀ ਹੈ ਯਾ ਅਲੀ ਕਲਾਬੀਆ ਖਾਨਦਾਨ ਨੇ ਸ਼ਾਦੀ ਕਰਿਆ ਹੈ ਅੱਲਾ ਇੱਕ ਪੁੱਤਰ ਦੇ ਸੀ ਨਾ ਆਉਂਦਾ ਮੈਂ ਵੀ ਰੱਖ ਰਿਹਾ ਹੁੰਦਾ ਨਾਮ ਅੱਬਾਸ ਹੋ ਸੀ ਗਾਜ਼ੀ ਕਹਿੰਦਾ ਤੇਰੀ ਮਾਂ ਦੀਆਂ ਦੁਆਵਾਂ ਨੂੰ ਰੰਗ ਲੱਗੇ ਚਾਰ ਸ਼ੁਭਾਂ ਨੂੰ ਮੈਂ ਦੁਨੀਆ 'ਤੇ ਆਇਆ ਗਾਜ਼ੀ ਕਹਿੰਦਾ ਤੇਰੀਆਂ ਭੈਣਾਂ ਮੈਨੂੰ ਖੜੇਂਦੀਆਂ ਰਹੀਆਂ ਜਦੋਂ ਦੁਨੀਆ ਤੇ ਆਇਆ ਤੇਰੀ ਮਾਂ ਮੈਨੂੰ ਆਖਿਆ ਯਾ ਅਲੀ ਜਦੋਂ ਅੱਬਾਸ ਦੁਨੀਆ ਤੇ ਆਵੇ ਇੰਜ ਦੋਵੇਂ ਹੱਥ ਮੱਥੇ ਤੇ ਰੱਖ ਕੇ ਆਖੀ ਆਮ ਸਲਾਮ ਨਹੀਂ ਮੁਹੰਮਦ ਦੀ ਧੀ ਦਾ ਸਲਾਮ ਹੈ ਸਦਕੇ 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 ਨੌਕਰ 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 ਜੀ ਨੌਕਰ ਜੀ ਮੈਂ ਬਿਸਮਿਲ੍ਲਾ ਕਰ ਆਮ ਸਲਾਮ ਨਹੀਂ ਮੁਹੰਮਦ ਦੀ ਧੀ ਦਾ ਸਲਾਮ ਹੈ ਅੱਬਾਸ ਮੇਰੇ ਸਲਾਮਾਂ ਦਾ ਕਰਜ਼ ਲਹਾਵੇ ਗਾਜ਼ੀ ਕਹਿੰਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਹੁਣ ਸਰ ਚੋ ਮੈਂ ਮੌਕਾ ਬਦਲ ਲੱਭਦਾ ਮੈਨੂੰ ਕੋਈ ਮੌਕਾ ਮਿਲੇ ਮੈਂ ਤੇਰੀ ਮਾਂ ਦੇ ਸਲਾਮਾਂ ਦਾ ਕਰਜ਼ ਲਹਾਵਾਂ ਇਸ਼ਾਰਾ ਮੈਂ ਕਰਸਾ ਅੱਜ ਤੁਸਾਂ ਕਰਸੋ ਗਾਜ਼ੀ ਕਹਿੰਦਾ ਪਹਿਲਾ ਮੌਕਾ ਕੂਫੇ ਸ਼ਹਿਰ 'ਚ ਬਾਬੇ ਅਲੀ ਨੂੰ ਜ਼ਲਮ ਲੱਗੀ ਮੈਂ ਤਲਵਾਰ ਚਾਹੀ ਤੂੰ ਆਖਿਆ ਚੁੱਪ ਮੈਂ ਚੁੱਪ ਰਿਹਾ ਸਰ ਚੋ ਬਈ ਸਰ ਚੋ ਦੂਸਰਾ ਮੌਕਾ ਹਸਨ ਦੇ ਮਈਅਤ ਤੇ ਮੁਸਲਮਾਨਾਂ ਤੀਰ ਮਾਰੇ ਨੇ ਮੈਂ ਆਦਰ ਰਹੀ ਹਾਂ ਵੱਤਰ ਵੀ ਸਾਡਾ ਮੇਰੇ ਮੋਏ ਫਿਰਾਂ ਨੂੰ ਮਰਿਆ ਮੈਂ ਤਲਵਾਰ ਚਾਹੀ ਆਖਿਆ ਚੁੱਪ ਤੇ ਮੈਂ ਚੁੱਪ ਰਿਹਾ ਗਾਜ਼ੀ ਅਦਰ ਰੋਂਦੇ ਇਸ ਵਾਸਤੇ 28 ਰਜਬ ਨੂੰ ਮਦੀਨਾ ਛੋੜਿਆ ਮੈਂ ਆਦਰ ਰਹੀ ਹਾਂ ਬਹਿਣ ਫਿਰਾਂ ਨਾਲ ਹੋ ਇੰਜ ਪਰਿਵਾਰ ਸੋ ਕੇ ਨਾ ਟੁਰ ਮੈਂ ਹੀ ਜੀਨਾ ਅਕਬਰ ਹੀ ਜੀਂਦੇ ਤੈਂ ਆਖਿਆ ਚੁੱਪ ਤੇ ਮੈਂ ਚੁੱਪ ਰਿਹਾ ਗਾਜ਼ੀ ਅਦੇ 8 ਜ਼ੁਲਾਜ ਨੂੰ ਬੱਧੇ ਹੋਏ ਆਰਾਮ ਤਰੋੜੇ ਮੈਂ ਬਹਿਣ ਫਿਰਾਂ ਦੇ ਖੇਮੇ 'ਚ ਆ ਕੇ ਦੋਵਾਂ ਦੀਆਂ ਮਿੰਨਤਾਂ ਕੀਤੀਆਂ ਬਦੇ ਆਰਾਮ ਨਾ ਤਰੋੜ ਕਾਬਾ ਹੀ ਸਾਡਾ ਹੈ ਹਜ ਵੀ ਅਸਾਂ ਨਾ ਪੜੀਏ ਮੈਂ ਆਦਰ ਹੀ ਹਾਂ ਮੈਨੂੰ ਸਿਰਫ ਤਲਵਾਰ ਦੇ ਬਹਿਣ ਫਿਰਾ ਹਜ ਪੜੋ ਤੈਂ ਆਖਿਆ ਚੁੱਪ ਤੇ ਮੈਂ ਚੁੱਪ ਰਿਹਾ ਗਾਜ਼ੀ ਅਦੇ ਅਜੇ ਵੀ ਨਾ ਰੋਵਾਂ ਨੌ ਨੂੰ ਮੇਰਾ ਮੁਸਲਿਮ ਵੀਰਾ ਸ਼ਹੀਦ ਹੋਇਆ ਮੈਂ ਆਦਰ ਹੀ ਹਾਂ ਮੈਨੂੰ ਕੂਫੇ ਪਹੁੰਚਾ ਮੇਰੀ ਭੈਣ ਦਾ ਘਰ ਬਰਬਾਦ ਪਿਆ ਹੁੰਦਾ ਤੈਂ ਆਖਿਆ ਚੁੱਪ ਤੇ ਮੈਂ ਚੁੱਪ ਰਿਹਾ ਲੱਗਣੇ ਕਿਤਨਾ ਅਮੀਰ ਬੰਦਾ ਜਿਹੜਾ ਆਏ ਨਾ ਕਰ ਸਕੇ ਗਾਜ਼ੀ ਅਦਰ ਰੋਂਦਾ ਇਸ ਵਾਸਤੇ ਆਈ ਤਾਂ ਦਿਨ ਨਹੀਂ ਲੋਕ ਈਦ ਪੜਦੇ ਰਹਿਣ ਮੇਰੀ ਸੱਕੀ ਭੈਣ ਦੇ ਪੁੱਤਰ ਕਾਤਲ ਦੀਆਂ ਮਿੰਨਤਾਂ ਅੱਲਾਹ ਅਕਬਰ ਅੱਲਾਹ ਅਕਬਰ ਜੀ ਜੀ ਗਾਜ਼ੀ ਅਦੇ ਅਜੇ ਵੀ ਨਾ ਰੋਵਾਂ ਸੈਯਦ ਅਦੇ ਅੱਬਾਸ ਨਾ ਰੋ ਤੂੰ ਮੇਰੀ ਫੌਜ ਦਾ ਜਰਨੈਲ ਹੈ ਗਾਜ਼ੀ ਅਦੇ ਦੋ ਮੁਹਰਮ ਨੂੰ ਕਰਬਲਾ ਆਏ ਮੁੱਲ ਜ਼ਮੀਨ ਕੀਤੀ ਬੈਨਾਮਾ ਅਕਬਰ ਦੇ ਨਾਮ ਮੈਂ ਆਦਰ ਰਿਹਾ ਡਰਾਕਲੇ ਜੰਗਲ ਨਲਈ ਦੀ ਧੀ ਦੇ ਮਾਹੌਲ ਮੁਤਾਬਿਕ ਨਹੀਂ ਤੈਂ ਆਖਿਆ ਚੁੱਪ ਤੇ ਮੈਂ ਚੁੱਪ ਰਿਹਾ ਗਾਜ਼ੀ ਅਦੇ 6 ਨੂੰ ਸਾਡੇ ਦਰਿਆ ਦੀ ਕੰਧੀ ਤੋਂ ਖੇਮੇ ਪਟਾਏ ਗਏ ਮੈਂ ਬਾਰ ਬਾਰ ਆਦਰ ਰਿਹਾ ਮੈਂ ਖੇਮੇ ਲਾਉਣ ਵਾਲਾ ਮੈਂ ਖੇਮੇ ਪੱਟਣ ਵਾਲਾ ਨਹੀਂ ਤੈਂ ਸਾਹਮਣੇ ਆ ਕੇ ਆਖਿਆ ਗਾਜ਼ੀ ਜੰਗ ਨਹੀਂ ਕਰਨੀ ਮੈਂ ਚੁੱਪ ਗਾਜ਼ੀ ਅਦੇ ਹੁਣ ਰੋਂਦੇ ਇਸ ਵਾਸਤੇ ਆ ਸੱਤ ਦਾ ਸਾਡਾ ਪਾਣੀ ਬੰਦੇ 84 ਬਾਲ ਏ ਤੈਨੂੰ ਸਰਦਾਰ ਕੋਈ ਨਹੀਂ ਪੁੱਛਦਾ ਜਦੋਂ ਮੈਂ ਖੇਮੇ ਮੈਂ ਨਾ ਮੇਰੇ ਸਾਹਮਣੇ ਆ ਕੇ ਕੋਈ ਅਦੇ ਮਾਮਾ ਪਾਣੀ ਹੌਸਲਾ ਕਰੋ ਮੇਰਾ ਵਿਚਰਾ
ਹੌਸਲਾ ਕਰ, ਮਾਂ ਪਿਓ ਨਸੀਬ ਹੋਵੇ ਸਿਰ ਦਾ ਪੁਰਸਾ ਨਹੀਂ ਬਣਦਾ। ਗਾਜ਼ੀ ਕਹਿੰਦੇ ਮੈਂ ਜੀਂਦਾ ਹੋਵਾਂ ਬਾਲ ਤਸੇ ਹੋਵਣ, ਸੈਦਾਂ ਦੇ ਖੇਮੇ ਵੱਲ ਵਨ ਜੰਗ ਨਹੀਂ ਕਰਨੀ। ਰੋਂਦਾ ਆ ਪਾਸਟਰ ਪਿਆ ਆਪਣੇ ਖੇਮੇ ਚ ਆਏ, ਫਜ਼ਲ ਦੀ ਮਾਂ ਜਨਾਬੇ ਲੋ ਬਾਬਾ ਮਿੱਟੀ ਤੇ ਬਹਿ ਕੇ ਰੋਂਦੀ ਬੈਠੀ। ਗਾਜ਼ੀ ਕਹਿੰਦੇ ਮੇਰੇ ਜੀਂਦਿਆਂ ਕਿਉਂ ਰੋਂਦੀ ਏ? ਅਦੀ ਮੌਲਾ ਮੇਰੇ ਖੇਮੇ ਚ ਹੋਆ, ਮੇਰੇ ਹੌਸਲੇ ਦਾ ਪਤਾ ਲੱਗ ਵੰਜੇ ਆ। ਬਸ ਮੁਕਾਮ ਚ ਕਦੇ ਵਕਤ ਹੋਇਆ ਮੈਂ ਤਫਸੀਲਨ ਅਲੀ ਦੀਆਂ ਨੀਹਾਂ ਦੇ ਪਰਦੇ ਦੇ ਦੁੱਖ ਵਰਸਾਂ। ਗਾਜ਼ੀਆਂ ਦੇ ਤੇਰੀ ਕਿਹੜੀ ਮਜਬੂਰੀ? ਅਦੀ ਮੌਲਾ ਰੋਵਾਨਾ ਤੇ ਕਿਆ ਕਰਾਂ, ਹੁਸੈਨ ਦੀ ਤਰੇ ਸਾਲ ਦੀ ਧੀ ਖਾਲੀ ਜਾਮ ਲੈ ਕੇ ਹਰ ਖੇਮੇ ਤਰੇ ਤਰੇ ਵਾਰੀ ਗਈ ਏ, ਮੇਰੇ ਖੇਮੇ ਚ ਨੌ ਵਾਰੀ ਗਈ। ਦੌਰ ਮੇਰੀ ਸੈਣ ਮਸ਼ਕ ਲੈ ਆਂਦੀ ਹੱਕਰ ਮਾਰ ਕਦੀ ਚਾਚਾ ਤੇਰਾ ਕੱਦਰ ਆਜੇ ਮੈਂ ਚੌਂ ਸਾਲਾਂ ਦੀਆਂ, ਚਾਚਾ ਤੇਰਾ ਕੱਦਰ ਆਜੇ ਮੈਂ ਚੌਂ ਸਾਲਾਂ ਦੀਆਂ, ਹੱਕਰ ਮਾਰ ਕਦੀ ਚਾਚਾ ਮੈਂ ਮਸ਼ਕ ਪਵਾਵਾਂ, ਰੁਕਮਨ ਚਾਚਾ ਮੈਂ ਹੁਸੈਨ ਦੀਆਂ ਬੀਬੀਆਂ ਦੀ ਜ਼ਮੀਨ ਉੱਚੀ ਹੋ ਮੈਂ ਚਾਚੇ ਨੂੰ ਮਸ਼ਕ ਪਵਾਵਾਂ। ਜ਼ਮੀਨ ਉੱਚੀ ਹੋਣੀ ਸ਼ੁਰੂ ਹੋਈ ਗਾਜ਼ੀ ਹੱਥ ਬੰਨ ਕੇ ਦੇ, ਜ਼ਮੀਨ ਉੱਚੀ ਹੋਵੇ ਮੇਰੀ ਵਫਾ ਤੇ ਹਰਫਾਂ ਦੇ, ਰੁਕਮਨ ਗਾਜ਼ੀ ਝੁਕਣਾ ਸ਼ੁਰੂ ਕੀਤਾ ਝੁਕਦਾ ਝੁਕਦਾ ਗਾਜ਼ੀ ਦੇ ਦੋਵੇਂ ਹੱਥ ਹੁਸੈਨ ਦੀ ਧੀ ਦੇ ਕਦਮਾਂ ਤੇ ਆ ਗਿਆ। ਪਾਸ ਨਾਲੋ ਵਾਲੀ ਤੇਰੀ ਵਫਾਤ ਸਦਕੇ ਗਾਜ਼ੀਆਂ ਦੇ ਕੋਲੇ ਸਾਹਮਣੇ ਆ ਕਦੀ ਸੁਝਾਣ ਮੈਂ ਮਾਜ਼ਹਰਾ। ਕਰ ਮਾਤਮ ਕਰ ਮਾਤਮ ਗਰੀਬਾਂ ਦਾ ਗਮ ਮੈਂ ਕਰ ਮਾਤਮ ਸੋਹਣਾ ਲੱਗਦਾ। ਆਦੀ ਮੈਂ ਮਾਂ ਦਾ ਹਰਾ, ਵਕਤ ਨਹੀਂ ਮੈਂ ਲਫ਼ਜ਼ ਪੜਨ ਲੱਗਾ। ਆਦੀ ਮੈਂ ਤੇਰੀ ਮਾਂ ਦਾ ਹਰਾ ਆਈ ਖੜੀਆਂ, ਹੋਵੇ ਸ਼ੀਆ ਤੇ ਮੈਂ ਨਾ ਕਰੇ ਉਹਦਾ ਆਪਣਾ ਨਸੀਬ। ਮਿੰਬਰ ਦੀ ਅਜ਼ਮ ਅਜ਼ਮਤ ਦੀ ਕਸਮ ਮੇਰੇ ਮੌਲਾ ਮਸ਼ਕ ਫਵਾਈ ਗਾਜ਼ੀ ਘੋੜੇ ਤੇ ਸਵਾਰ ਹੋਇਆ ਸ਼ਬੀਰ ਮੌਲਾ ਟੁਰ ਪੈਣ ਅਕਲ ਮਾਰ ਕੇ ਆਲੀਆ ਰੋਜ਼ ਪੁੱਛਦੀਆਂ ਮੈਂ ਬਾਬਾ ਅਲੀ ਘੋੜੇ ਤੇ ਕਿਹੜਾ ਸੋਹਣਾ ਲੱਗਦਾ, ਅਕਲ ਮਾਰ ਕੇ ਖੇਮੇ ਦਾ ਲੜ ਹਟਾ ਵੇਖ ਇੰਜੇ ਸੋਹਣਾ ਲੱਗਦਾ ਜਿਵੇਂ ਮੇਰਾ ਵੀਰ ਪਾ ਸੋਹਣਾ ਲੱਗਦਾ। ਮਿੰਬਰ ਦੀ ਅਜ਼ਮਤ ਦੀ ਕਸਮ ਦੁਨੀਆਦਾਰੀ ਚ ਵੇਖ ਫਿਰਾ ਟੁਰਦਾ ਹੋਵੇ ਬਹਿਣਾ ਦੁਆ ਮੰਗਦੀਆਂ, ਬੀਬੀਆਂ ਦੀ ਆਪਾਸ ਤੋਂ ਘੋੜਾ ਤੋਂ ਰਸਾਂ ਦੁਆ ਮੰਗਣੀਏ। ਗਾਜ਼ੀ ਘੋੜਾ ਟੁਰੇ ਮੇਰਾ ਬਾਰਵਾਂ ਇਮਾਮ ਫਰਮੇਂਦੇ ਇਹ ਉਹ ਸ਼ਹੀਦ ਹੈ ਜਿਹਨੇ ਟੁਰੋ ਤੇ ਬੀਬੀਆਂ ਪੱਥਰਾਂ ਦਾ ਮਾਤਮ ਕੀਤਾ ਹੈ। ਕੋਈ ਬੀਬੀਆਂ ਦੀ ਬਰਬਾਦ ਮਦੀਨਾ, ਕੋਈ ਬੀਬੀਆਂ ਦੀ ਸੁਣ ਮਦੀਨਾ। ਗਾਜ਼ੀ ਚੱਕਰ ਵਾਲੇ ਨਵੰਦਾ ਅਲੀ ਦੀ ਧੀ ਸਾਹਮਣੇ ਆ ਗਈ, ਬੀਬੀਆਂ ਦੀ ਗਾਜ਼ੀ ਸਾਰੀ ਜ਼ਿੰਦਗੀ ਤੈਨੂੰ ਪਾਲਿਆ ਵੀ ਮੈਂ ਤੈਨੂੰ ਸਾਂਭਿਆ ਵੀ ਮੈਂ, ਬੀਬੀਆਂ ਦੀ ਆਪਾਸ ਅੱਜ ਕੁਝ ਮੰਗਣਾ ਚਾਹੁੰਦੀ ਆ। ਗਾਜ਼ੀ ਕਦਮਾਂ ਤੇ ਜਾਣ ਪੀ ਆਏ ਆਦੇ ਹੁਕਮਕਾਰ ਅਲੀ ਦੀ ਧੀ ਰੁਨੀ ਹੈ ਰੋ ਕੇ ਪਈਆ ਦੀ ਭੈਣੀ ਦਾ ਮਾਣ ਸਲਾਮਤ ਰਵੇ ਇੱਕ ਮਿੰਨਤ ਕਰੀ ਬਦਲ ਲਈ ਵਾਜ ਬੀਬੀਆਂ ਦੀ ਕੱਲ ਮਿਲਣੇ ਨੀ ਜ਼ਿਆਰ ਮਾਤਮ ਕਰਨਾ ਕੱਲ ਮਿਲਣੇ ਨੀ ਜ਼ਿਆਰ ਆਏ ਵੋ ਕੈਦੀਆਂ ਵਾਲੇ ਜਿਵੇਂ ਪਾਵਣੇ ਨਾ ਸਮਝ ਆਈ ਵਾਜ ਬੀਬੀਆਂ ਦੀ ਮੈਂ ਰੁਲਣਾ ਏ ਸ਼ਾਮ ਮੈਂ ਰੁਲਣਾ ਏ ਸ਼ਾਹ ਜੀ ਕਰਾ ਬੀਬੀਆਂ ਦੀ ਮੈਂ ਰੁਲਣਾ ਏ ਸ਼ਾਮ ਦੀਆਂ ਗਲੀਆਂ ਵਿੱਚ ਜਿਵੇਂ ਰੁਲਣਾ ਏ ਰੋਲਾ ਸਮਝ ਆਈ ਵਾਜ ਬੀਬੀਆਂ ਦੀ ਦਰਬਾਰ ਸ਼ਰਾਬੀ ਮੁਹੰਮਦ ਵਾਲੇ ਮੁਹੰਮਦ ਸਲਾਵਾਤ।